ਗਏ ਤੇ ਝੂਠ ਮੂਠ ਕਹਿੰਦੀ ਤੂੰ ਵੇਖਿਆ ਬਗੈਰੀ ਕਮਲ ਵੀ ਨਾ ਰਹਿੰਦੀ ਸੱਚੇ ਮੁੱਚੇ ਕਹਿੰਦੇ ਤੇ ਝੂਠ ਮੂਠ ਕਹਿੰਦੀ ਨਿੱਤ ਯਾਦ ਕਰਾਂ ਤੈਨੂੰ ਮੈਂ ਉੱਠਦੀ ਤੇ ਬੈਠੀ ਤਾਂ ਪਿੱਤੀਆਂ ਬਗੈਰ ਨਿੱਤ ਟੱਕਿਆ ਕਰਾਂ ਤੂੰ ਹੋਵੇਂ ਸ਼ੀਸ਼ਾ ਗੱਲ ਸੋਹਣੇ ਮਿੱਤਰਾਂ ਮੈਂ ਤੈਨੂੰ ਸਾਹਮਣੇ ਖੜਾ ਕੇ ਨਿੱਤ ਟੱਕਿਆ ਜੇ ਤੂੰ ਹੋਵੇਂ ਸ਼ੀਸ਼ਾ ਗੱਲ ਸੋਹਣੇ ਮਿੱਤਰਾਂ ਮੈਂ ਤੈਨੂੰ ਸਾਹਮਣੇ ਖੜਾ ਕੇ ਨਿੱਤ ਟੱਕਿਆ ਕਰਾਂ ਮੇਰੇ ਜ਼ਮੀਰ ਮਾਲ ਮੱਕਣੇ ਜੇ ਵਿੱਚ ਉੱਕ ਦੇ ਨਾ ਬਾਲ ਕੱਢਿਆ ਕਰਾਂ ਜੇ ਵਿੱਚ ਉੱਕ ਦੇ ਨਾ ਬਾਲ ਕੱਢਿਆ ਕਰਾਂ ਜੇ ਵਿੱਚ ਉੱਕ ਦੇ ਨਾ ਬਾਲ ਕੱਢਿਆ ਕਰਾਂ ਥੈਂਕ ਯੂ ਜੀ ਉਹ ਬੱਲਿਆ ਨਾ ਲਿਖ ਲਿਆ ਸਾਡੇ ਸ਼ਿਗਰਦ ਦਾ ਅੱਗੇ ਸ਼ਿਗਰਦ ਮਾਨ ਕਰਦੇ ਨੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਆ ਜੀ ਲੈ ਮੈਂ ਹੁਣੇ ਲਾ ਦਿੰਦਾ ਹਾਂ ਬਾਈ ਗੁਲਾਬ ਜਿਹੜਾ ਬੜਾ ਨੌਜਵਾਨ ਹੈ ਅਤੇ ਉਹਦੀ ਫਰਮਾਇਸ਼ ਵੀ ਜਿਹੜੀ ਹੈ ਬੜੀ ਬਹੁਤ ਅੱਛੀ ਫਰਮਾਇਸ਼ ਕਰਦੀ ਹੈ ਬਹੁਤ ਮਿਹਰਬਾਨੀ ਕੋਈ ਗੱਲ ਨਹੀਂ ਲਓ ਜੀ ਫਰਮਾਇਸ਼ ਉਹਨੇ ਕੀਤੀ ਹੈ ਗੁਲਾਬ ਸਿੰਘ ਨੇ ਡਾਕਟਰ ਸਾਹਿਬ ਨੇ ਉਹਨੇ ਫਰਮਾਇਸ਼ ਕੀਤੀ ਹੈ ਜੇਤੋਂ ਵਾਲੇ ਫੜਕ ਦੀ ਅਤੇ ਇਹ ਕਹਾਣੀ ਕੀ ਸੀ ਸਾਰੇ ਦੋਸਤਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ 17 'ਚ ਗੀਤ ਲਾਸਟ ਮਾਰਚ 'ਚ ਆਇਆ ਸੀਗਾ ਮਾਰਚ 'ਚ ਗੀਤ ਆਇਆ ਅਤੇ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਘੱਟ ਤੋਂ ਘੱਟ ਲੱਖਾਂ ਮੁੰਡੇ ਫੇਲ ਹੋਏ ਸੀ ਹਜ਼ਾਰਾਂ ਦੇ ਤਾਦਾਦ 'ਚ ਵੀ ਨਹੀਂ ਲੱਖਾਂ ਮੁੰਡੇ ਫੇਲ ਹੋਏ ਤਾਂ ਕਈਆਂ ਸੱਜਣਾਂ ਨੇ ਵਿਅੰਗ ਕੀਤਾ ਕਹਿੰਦੇ ਵੀ ਗੱਲ ਇਹ ਹੈ ਵੀ ਉਹ ਵੀ ਸਾਧਾ ਵਰਗਾ ਗਾਉਣ ਵਾਲਾ ਉਹਨੇ ਤਾਂ ਪਹਿਲਾਂ ਹੀ ਗਾਣਾ ਗਾਤਾ ਸੀ ਵੀ ਅਰਤੀ ਐਂ ਹੋ ਗਈ ਲਓ ਆਓ ਪਹਿਲਾਂ ਤਾਂ ਕਿਤੇ ਖਿਆਲ ਨਹੀਂ ਕਰਦੇ ਬੱਚੇ ਅੱਜ ਕੱਲ੍ਹ ਦੇ ਯੰਗ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਬੜਾ ਪਹਿਲ ਦਿੰਦੇ ਆ ਕਿਤੇ ਤਾਂ ਜਾ ਕੇ ਸਟੇਸ਼ਨ 'ਤੇ ਖੜ ਗਏ ਕਿਤੇ ਬੱਸ ਅੱਡੇ ਚਲੇ ਗਏ ਕਿਤੇ ਇਕਾਂਤ ਜਗ੍ਹਾ ਭਾਰੀ ਕਿਸੇ ਗਰਾਊਂਡ 'ਚ ਬਹਿ ਗਏ ਕਿਤੇ ਐਵੇਂ ਤੁਰੇ ਫਿਰੇ ਸੜਕ 'ਤੇ ਗੱਲਾਂ ਮਾਰਦੇ ਗਾਂ ਤੁਰੇ ਕੇ 4-5 ਕਿਲੋਮੀਟਰ ਨਿਕਲ ਗਏ ਯਾਨੀ ਇੱਦਾਂ ਦਾ ਮਾਹੌਲ ਅਤੇ ਪੜ੍ਹਨ ਵੱਲ ਧਿਆਨ ਨਹੀਂ ਦਿੱਤਾ ਜਦੋਂ ਐਗਜ਼ਾਮ ਹੋਏ ਤਦ ਉਹਨਾਂ ਦੀ ਕੰਪਾਰਟਮੈਂਟ ਆ ਗਈ ਹੁਣ ਜਮਾਂ ਹੀ ਮੂੰਹ ਉਹਨਾਂ ਦੇ ਉਤਰੀ ਕੱਸੀ ਵਰਗੇ ਕੀਤੇ ਆ ਅਤੇ ਜਮਾਂ ਇੱਕ ਦੂਜੇ ਨਾਲ ਰਾਏ ਕਰਦੇ ਵੀ ਹੁਣ ਘਰੇ ਜਾ ਕੇ ਥੈਂਕ ਯੂ ਯਾਰ ਪਹਿਲੀ ਗੱਲ ਤਾਂ ਮੈਂ ਇੱਕ ਗੱਲ ਦੱਸਾਂ ਮੈਨੂੰ ਖੁਸ਼ੀ ਹੈ ਕਿ ਸਰੋਤੇ ਏਡੇ ਸੁਗੜ ਸਿਆਣੇ ਨੇ ਚਾਹੇ ਕੋਈ ਨੌਜਵਾਨ ਹੈ ਇਹ ਇਲਾਕਾ ਬਾਦਸ਼ਾਹ ਇਲਾਕਾ ਹੈ ਸਰੋਤਿਆਂ ਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਗਾਉਣ ਵਾਲੇ ਸਾਡੇ ਅਸਲ ਕਲਚਰ ਦੇ ਗਲੇ ਜਿਹੜੇ ਮੁਹਾਵਰੇ ਨੇ ਜਿਵੇਂ ਪੁਰਾਣੇ ਸ਼ੁੱਧ ਪੰਜਾਬੀ ਉਹ ਤਾਂ ਕਹਿੰਦੇ ਨਹੀਂ ਹੋਰ ਹੀ ਪਾਸੇ ਤੁਰੇ ਫਿਰਦੇ ਰਹਿੰਦੇ ਆ ਲਓ ਆਓ ਹੁਣ ਉਹ ਰਾਏ ਕਰਦੇ ਨੇ ਅਤੇ ਗਾ ਕੇ ਦੱਸਣ ਲੱਗੇ ਹਾਂ ਵੀ ਹਾਲਾਤ ਕੀ ਨੇ ਲੱਗੇ ਹੋਏ ਆ ਢੋਲ ਤੇ ਹੁਣ ਤੁਹਾਨੂੰ ਪਤਾ ਇਹਦਾ ਸਾਜ ਹੀ ਐਸਾ ਹੈ ਇਹ ਤਾਂ ਤਿੰਨਾਂ ਪਿੰਡਾਂ 'ਚ ਵੈਸੇ ਹੀ ਸੁਣਦਾ ਹੁੰਦਾ ਅਤੇ ਮੈਂ ਤਾਂ ਇਹਨੂੰ ਛੋਟੇ ਨੂੰ ਕਿਹਾ ਬੱਚੂ ਥੋੜ੍ਹਾ ਜਿਹਾ ਘੱਟ ਵਜਾਇਆ ਕਰੋ ਨਾ ਹੋਵੇ ਅਗਲੇ ਕਹਿਣਾ ਵੀ ਉਹ ਤਾਂ ਪੁੱਛਾਂ ਕੱਢਣ ਵਾਲੇ ਉਹ ਨਾ ਹੋਵੇ ਮੈਨੂੰ ਗਾਉਂਦਿਆਂ ਜਦੋਂ ਪਾਉਣ ਆ ਗਈ ਉਦੋਂ ਹੀ ਦੇਖਣਾ ਸਮੱਸਿਆ ਸਮਝਾਉਂਦਾ ਹੱਥ ਕੈਦੀ ਲਾਇਆ ਨੀ ਕਿਤਾਬ ਨੀ ਕਿਤੇ
अतनी सी लाया नी किताब नू किते अतनी सी लाया नी किताब नू किते एवी नी सी पता केड़े रखे सी विषय एवी नी सी पता केड़े रखे सी विषय एवी जाके बच्चा उत्ते चढ़े रहंदे सी एवी जाके बच्चा उत्ते चढ़े रहंदे सी पास पतो ना की सुआओ ना दीनी जक जट वाले फाटा दे खड़े रहंदे सी पास पतो ना की सुआओ ना दीनी जक जट वाले बाड़ गाड़े कहनी मैं के जट वाले बाड़ गाड़े और नी मैं जट वाले बाड़ गाड़े खड़े रहंदे सी आशकां नूं काल दी उड़ीक मार जांदी आशकां नूं काल दी उड़ीक मार जांदी दोवें कोट वाले सिनेमे च बड़े रहिंदे सी आज की चुगटिया किसान मारिया तिलियां वाली दकंदी बनदा सी रांझा आए तिलियां वाली दकंदी बनदा सी रांझा एवें मिलन मलाउन पिछे लड़े रहिंदे सी साडे बहुत ही प्यारे वीर बलदेव सिंह जी राम सिंह जी बराड़ साहब धन्ना सिंह जी सरपंच साहब राम लाल गोयल साहब सौ सौ रुपया मान करते धनबाद जी साढ़े बहुत ही सत्कार योग मान योग सन्मान योग पंजाबी गायक भाई कन्वर गरेवाल उन्होंने फादर साहब होर उन्होंने पापा जी का सम्मान कर रहे हैं क्लब वालों पिंड नहीं वाले की नगर पंचायत वालों।